ਅਸਲ ਵਿੱਚ ਹੁੰਦਾ ਕਿ ਅਸੀਂ ਕਈ ਵਾਰੀ ਪਾਠ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਾਂ। ਉਸਦੇ ਵਿੱਚ ਜਦੋਂ ਅਸੀਂ ਸਿਮਰਨ ਕਰਨ ਦੇ ਦੌਰਾਨ ਜਦੋਂ ਅਸੀਂ ਇੱਕ ਸੁਰਤ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਪਰਮਾਤਮਾ ਦੀ ਭਗਤੀ ਦੇ ਵਿੱਚ ਡੁੱਬ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਸਾਡਾ ਜੋ ਧਿਆਨ ਹੈ ਉਹ ਇੱਥੇ ਉੱਤੇ ਭਟਕ ਜਾਂਦਾ ਹੈ, ਅਤੇ ਬਸ ਫਿਰ ਅਸੀਂ ਇੱਕ ਤਰ੍ਹਾਂ ਦਾ ਉਸ ਮੰਨ ਲੈਂਦੇ ਹਾਂ ਕਿ ਹਾਂ ਵਾਕਈ ਪਰਮਾਤਮਾ ਦਾ ਨਾਮ ਲੈਣਾ ਔਖਾ ਹੈ। ਜਦੋਂ ਤੱਕ ਇਹ ਪੌਸ ਡਰ ਜੋ ਸਾਡੇ ਅੰਦਰ ਜੋ ਹੈ, ਇੱਕ ਘਰ, ਇੱਕ ਸਾਈਕੋਲੋਜੀ, ਇੱਕ ਸਾਡੀ ਸੋਚ ਹੈ, ਜਦੋਂ ਤੱਕ ਦੂਰ ਨਹੀਂ ਹੋਏਗੀ ਉਦੋਂ ਤੱਕ ਅਸੀਂ ਪਰਮਾਤਮਾ ਦੇ ਨੇੜੇ ਨਹੀਂ ਜਾ ਸਕਾਂਗੇ। ਉਸਦੇ ਗੁਣਾਂ ਦੀ ਜੋ ਪ੍ਰਾਪਤੀ ਹੈ ਉਸ ਨੂੰ ਅਸੀਂ ਧਾਰਨ ਨਹੀਂ ਕਰ ਸਕਾਂਗੇ। ਬਹੁਤ ਅੱਛਾ, ਬਹੁਤ ਸੋਹਣਾ ਆਪ ਜੀ ਨੇ ਸੁਚੱਜੇ ਢੰਗ ਨਾਲ ਇਸ ਗੱਲ ਨੂੰ ਐਕਸਪਲੇਨ ਕੀਤਾ। ਔਰ ਇਸ ਵਿਸ਼ੇ 'ਤੇ ਆਪਾਂ ਜੋ ਅੱਜ ਦਾ ਸਾਡਾ ਜੋ ਪ੍ਰਕਰਨ ਹੈ, ਜੋ ਤੂੰ ਆਪੇ ਕਰਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ, ਇਹਨੂੰ ਜੇ ਅਸੀਂ ਸਮਝ ਲਈਏ ਤਾਂ ਆਪ ਜੀ ਦਾ ਜੋ ਇਹ ਪ੍ਰਸ਼ਨ ਆਪ ਜੀ ਨੇ ਹੋਰ ਕਰਨਾ ਕੀਤਾ ਹੈ ਸਾਨੂੰ ਸੋਝੀ ਪੈ ਜਾਏਗੀ। ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਹਨ ਜਦੋਂ ਅਸੀਂ ਰੋਜ਼ ਪੜ੍ਹਨਾ ਕਰਦੇ ਹਾਂ ਨਾ, ਤੂੰ ਆਪੇ ਕਰਤਾ ਆਪੇ ਭੁਗਤਾ ਜੀ। ਹੁਣ ਕਰਤਾ ਜਦੋਂ ਭਾਵ ਲੈਣਾ ਕਰਦੇ ਹਾਂ, ਅਸੀਂ ਆਮ ਤੌਰ 'ਤੇ ਇਉਂ ਜਾਣਨਾ ਕਰਦੇ ਹਾਂ ਕਿ ਵੀ ਉਹ ਸ੍ਰਿਸ਼ਟੀ ਦਾ ਕਰਤਾ, ਉਹ ਤਾਂ ਹੈ ਹੀ ਹੈ, ਉਹ ਤਾਂ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਕਰਤਾ, ਉਹ ਤਾਂ ਹੈ ਹੀ ਹੈ। ਪਰ ਕੀ ਸਾਡੇ ਅੰਦਰ ਹਰ ਇੱਕ ਐਕਟੀਵਿਟੀ ਦਾ ਕਰਤਾ ਕੀ ਮੈਂ ਵਾਂ, ਜਾਂ ਸਾਡੇ ਅੰਦਰ ਹਰ ਐਕਟੀਵਿਟੀ ਦਾ ਕਰਤਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ? ਬਸ ਇਸ ਭਿੰਨ ਭੇਦ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਜੇ ਪਹਿਚਾਣ ਲਈਏ ਤਾਂ ਗੱਲ ਬਣ ਜਾਏਗੀ। ਉਦਾਹਰਣ ਦੇ ਤੌਰ 'ਤੇ ਇਹਨੂੰ ਅਸੀਂ ਕਿਵੇਂ ਕਰ ਸਕਦੇ ਹਾਂ? ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਪਾਵਨ ਅੰਗ 550 ਦੇ ਉੱਤੇ, ਔਰ ਬਹੁਤ ਸਾਰੇ ਸ਼ਬਦ ਇੱਥੇ ਸੁਭਾਵਾਨ ਨੇ, ਮੈਂ ਇੱਕ ਛੋਟੀ ਜਿਹੀ ਪੌੜੀ ਆਪ ਜੀ ਨਾਲ ਸਾਂਝ ਪਾਵਾਂ। ਬਖਸ਼ਿਸ਼ ਕਰ ਰਹੇ ਹਨ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾਵ ਹੈ। ਧਰਤੀ ਵੀ ਆਪ ਹੈ, ਵਾਹਣ ਵਾਲਾ ਵੀ ਉਹਨੂੰ ਆਪ ਹੈ, ਔਰ ਆਪ ਹੀ ਬਈ ਫਸਲ ਬਣਦੀ ਔਰ ਕੱਟਣ ਵਾਲਾ ਵੱਢਣ ਵਾਲਾ ਸਭ ਕੁਛ ਉਹ ਪਿਸਾਣ ਵਾਲਾ ਉਹ ਆਪ ਹੀ ਹੈ। ਫਿਰ ਬਖਸ਼ਿਸ਼ ਕਰਦੇ ਹਨ ਆਪ ਪਕਾਵੈ ਆਪੇ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੈ। ਦੇਖੋ ਕਿੰਨੀ ਬਰੀਕੀ ਦੇ ਨਾਲ ਸਾਨੂੰ ਸਮਝਾਇਆ ਬਈ ਉਹ ਪਕਾਉਂਦਾ ਵੀ ਆਪ ਹੈ। ਕਿਚਨ ਵਿੱਚ ਅਸੀਂ ਕੰਮ ਕਰਦਾ ਕਰਦੇ ਕਰਾਉਂਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਮੈਂ ਭੋਜਨ ਬਣਾਇਆ, ਮੈਂ ਖਾਣਾ ਬਣਾਇਆ, ਉਸ ਮੈਂ ਨੂੰ ਦੂਰ ਕਰਨਾ, ਅਤੇ ਉੱਥੇ ਇਸ ਗੁਰੂ ਦੀ ਮਤ ਨੂੰ ਇਉਂ ਸਾਂਝ ਪਾਉਣੀ ਹੈ ਕਿ ਵਾਹਿਗੁਰੂ ਮੇਰੇ 'ਚ ਕੀ ਹਿੰਮਤ ਕੀ ਸੁਰਤ ਇਹ ਸਭ ਕੁਛ ਤਾਂ ਤੂੰ ਕਰਨ ਕਰਾਉਣ ਵਾਲਾ ਹੈ। ਆਪ ਪਕਾਵੈ ਆਪ ਭਾਂਡੇ ਦੇ ਪਰੋਸੇ, ਛੋਟੀਆਂ ਛੋਟੀਆਂ ਗੱਲਾਂ 'ਚ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ, ਪ੍ਰਭੂ ਨਾਲ ਜੋੜਿਆ ਕਿ ਬਰਤਨ ਵੀ ਉਹੀ ਪਰੋ ਦੇ ਵਿੱਚ ਉਹੀ ਭਾਂਡੇ ਦੇ ਕੇ ਅਤੇ ਪਰੋਸ ਰਿਹਾ, ਆਪੇ ਹੀ ਬਹਿ ਖਾਵੇ, ਫਿਰ ਬਹਿ ਕੇ ਆਪ ਹੀ ਪਿਆ ਖਾਂਦਾ। ਫਿਰ ਬਖਸ਼ਿਸ਼ ਕਰ ਰਹੇ ਹਨ ਹੋਰ ਛੋਟੀ ਜਿਹੀ ਗੱਲ ਤੋਂ ਸਾਨੂੰ ਸਮਝਾਉਣਾ ਕੀਤਾ, ਛੋਟੀ ਛੋਟੀ ਐਕਟੀਵਿਟੀ ਤੋਂ ਕਿ ਆਪੇ ਜਲ ਆਪੇ ਦੇ ਛਿੰਗਾ ਆਪੇ ਚੁੱਲ੍ਹੀ ਭਰਾਵੈ ਜੀ ਦੱਸੋ। ਔਰ ਕਹਿ ਰਹੇ ਨੇ ਆਪੇ ਸੰਗਤ ਸੱਦ ਬਹਾਲ ਹੈ ਆਪੇ ਵਿਦਾ ਕਰਾਵੇ। ਅਸੀਂ ਤਾਂ ਕਹਿੰਦੇ ਹਾਂ ਮੈਂ ਸੰਗਤ ਗਿਆ, ਮੈਂ ਸੰਗਤ ਕੀਤੀ, ਮੈਂ ਦੀ ਗੱਲ ਨੂੰ ਤਾਂ ਗੁਰੂ ਸਾਹਿਬ ਨੇ ਬਿਲਕੁਲ ਖਤਮ ਹੀ ਕਰ ਦਿੱਤਾ, ਖਤਮ ਹੀ ਕਰਨ ਦੀ ਗੱਲ ਕੀਤੀ ਸਾਨੂੰ, ਮੈਨੂੰ ਤਾਂ ਕਿਤੇ ਆਉਣ ਹੀ ਨਹੀਂ ਦੇਣਾ, ਮੈਨੂੰ ਤਾਂ ਭੁੱਲਿਆ ਹੋਮੈ ਸੁਰਤ ਵਿਸਾਰ, ਸਾਡੀ ਸੁਰਤ ਦੇ ਵਿੱਚੋਂ ਹੋਮੈ ਵਿਸਰ ਹੀ ਜਾਵੇ। ਬਸ ਇਹੋ ਜਾਣਨਾ ਕਰਨਾ ਹੈ ਅਤੇ ਕਿਸ ਤਰ੍ਹਾਂ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਜੈਸਾ ਤੂੰ ਕਰੇ ਤੈਸਾ ਕੋ ਹੋਏ ਤੁਦ ਬਿਨ ਦੂਜਾ ਨਾਹੀਂ ਕੋਏ। ਅੱਗੋਂ ਇੱਥੇ ਹੀ ਬਸ ਨਹੀਂ, ਗੁਰੂ ਸਾਹਿਬ ਕੀ ਕਿਰਪਾ ਕਰਦੇ ਨੇ ਜੇਹੀ ਤੂੰ ਮਤ ਦੇਹੇ ਤੇਹੀ ਕੋ ਪਾਵੈ ਜੀ। ਜਿਸ ਤਰ੍ਹਾਂ ਤੂੰ ਮਤ ਦੇਣਾ ਨਾ ਉਸ ਤਰ੍ਹਾਂ ਹੀ ਤੇ ਕਿਸੇ ਨੂੰ ਕੁਛ ਮਿਲਦੀ ਹੈ ਉਸ ਤਰ੍ਹਾਂ ਦਾ ਹੀ ਕੋਈ ਉਹ ਬਣ ਜਾਂਦਾ ਹੈ। ਤੁਦ ਆਪੇ ਪਾਵੈ ਤਿਵੇਂ ਚਲਾਵੈ, ਉਹ ਚਲਾ ਰਿਹਾ ਹੁਕਮੀ ਹੁਕਮ ਚਲਾਏ ਰਾਹ ਦੱਸਣਾ ਕਰਦੇ ਨੇ। ਫਿਰ ਅੱਗੋਂ ਕਿਰਪਾ ਕਰਦੇ ਨੇ ਤੁਦ ਬਿਨ ਦੂਜਾ ਨਾ ਹੀ ਕੋਈ, ਵਾਹਿਗੁਰੂ ਤੇਰੇ ਤੋਂ ਬਿਨਾਂ ਤਾਂ ਕੋਈ ਹੋਰ ਹੈ ਹੀ ਨਹੀਂ, ਅਤੇ ਮੈਂ ਸਾਰਿਆਂ ਦੇ ਜਿਵੇਂ ਦੇਖਣਾ ਕਰਾਂ ਮਾਤ ਪਿਤਾ ਸੁੱਤ ਬੰਧ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ। ਉਹ ਕਿਵੇਂ ਕਿਵੇਂ ਮੇਰੀ ਸਹਾਇਤਾ ਕਰ ਰਿਹਾ ਇਹਨਾਂ ਰਿਸ਼ਤਿਆਂ ਦੇ ਵਿੱਚ ਵੀ, ਮੈਂ ਉਸੇ ਨੂੰ ਦੇਖਣਾ ਕਰਾਂ, ਕੇਵਲ ਮਾਤਾ ਨੂੰ ਮਾਤਾ ਦੇ ਰੂਪ ਵਿੱਚ ਨਾ ਦੇਖਣਾ ਕਰਾਂ, ਪਿਤਾ ਨੂੰ ਕੇਵਲ ਪਿਤਾ ਦੇ ਰੂਪ ਵਿੱਚ ਨਾ ਦੇਖਣਾ ਕਰਾਂ ਇਹਨਾਂ ਰਿਸ਼ਤਿਆਂ ਦੇ ਵਿੱਚ, ਨਾ ਕੇਵਲ ਉਸ ਪ੍ਰਭੂ ਪਿਤਾ ਪਰਮਾਤਮਾ ਨੂੰ ਵਰਤਦਾ ਦੇਖਾਂ, ਬਸ ਉੱਥੇ ਫਿਰ ਮੈਨੂੰ ਨਾਮ ਦਾ ਨਾ ਧਿਆਨ ਇਉਂ ਟਿਕ ਜਾਏਗਾ, ਮੇਰੀ ਸੁਰਤ ਫਿਰ ਆਖਣ ਔਖਾ ਸਾਚਾ ਨਾਂ ਵਾਲੀ ਜਿਹੜੀ ਸਮੱਸਿਆ ਨਾ ਸਾਡੀ ਉਹ ਦੂਰ ਹੋ ਜਾਏਗੀ। ਤਾਂ ਹੀ ਗੁਰੂ ਸਾਹਿਬ ਕਹਿ ਰਹੇ ਨੇ ਹੁੰਦਾ ਕੀ ਪਿਆ ਸਾਡੇ ਜੀਵਨ ਵਿੱਚ, ਬਖਸ਼ਿਸ਼ ਕਰ ਰਹੇ ਨੇ ਕੀਤਾ ਲੋੜ ਹੈ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾ ਹੀ ਕੋਏ। ਜੋ ਤੈਨੂੰ ਚੰਗਾ ਲੱਗਦਾ ਉਹੀਓ ਕੁਛ ਤਾਂ ਵਾਪਰਦਾ ਪਿਆ, ਉਹੀਓ ਕੁਛ ਤੂੰ ਆਪ ਸਾਰਿਆਂ ਕੋਲੋਂ ਕਰਾ ਰਿਹਾ। ਤਾਂ ਹੀ ਅਸੀਂ ਪੜ੍ਹਨਾ ਕਰਦੇ ਹਾਂ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ। ਜਿਉਂ ਹਰ ਭਾਵ ਹੈ
ਤਿਉਂ ਰੱਖੀ ਹੈ। ਜਦ ਇਸ ਗੱਲ ਦੇ ਉੱਤੇ ਅਸੀਂ ਅਮਲ ਕਰ ਲਾਂਗੇ, ਆਪਣਾ ਕੀਤਾ ਕਿਛੂ ਨਾ ਹੋਵੇ, ਫਿਰ ਮੈਂ ਪਿੱਛੇ ਪੈ ਜਾਏਗੀ। ਇਹਨੂੰ ਮੈਂ ਆਪ ਜੀ ਨਾਲ ਨਾ ਇੱਕ ਹੋਰ ਬਹੁਤ ਪਿਆਰਾ ਸ਼ਬਦ, ਸਾਰੇ ਪੰਕ ਪਿਆਰੇ ਨੇ, ਬਟ ਜਿਹੜਾ ਛੋਟੇ ਛੋਟੇ ਪੰਕਤੀਆਂ ਨਾਲ ਨਾ ਸਾਨੂੰ ਸਾਂਝ ਪਾ ਕੇ ਬੜਾ ਸਪੈਸੀਫਿਕਲੀ ਗੁਰੂ ਸਾਹਿਬ ਨੇ ਡਿਫਾਈਨ ਕਰ ਦਿੱਤਾ, ਉਸ ਨੂੰ ਅਸੀਂ ਜੇ ਜਾਨਣਾ ਕਰੀਏ। ਇਸ ਨੂੰ ਨਾ ਪਾਵਨ ਅੰਗ 862 ਦੇ ਉੱਤੇ ਇਹ ਸ਼ਬਦ ਸਵਾਇਮਾਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ 'ਤੇ ਬਖਸ਼ਿਸ਼ ਕੀਤੀ ਸਭ ਕਰਤਾ ਸਭ ਭੁਗਤਾ ਜੀ, ਜਿਹਨੂੰ ਅਸੀਂ ਕਹਿਣਾ ਕੀਤਾ ਤੂੰ ਆਪੇ ਕਰਤਾ ਆਪੇ ਭੁਗਤਾ ਜੀ। ਅਸੀਂ ਪਾਠ ਕਰਦੇ ਹਾਂ ਤੂੰ ਆਪੇ ਕਰਤਾ ਆਪੇ ਭੁਗਤਾ ਜੀ, ਪਰ ਨਿਤਾ ਪ੍ਰਤੀ ਦੇ ਕੰਮਾਂ 'ਚ ਅਸੀਂ ਕੀ ਕਹਿਣਾ ਕਰਦੇ ਹਾਂ? ਮੈਂ ਕਰਤਾ, ਮੈਂ ਭੁਗਤਾ, ਮੈਨੂੰ ਤਕਲੀਫ ਹੋ ਰਹੀ ਹੈ। ਆਪਣੇ ਅੰਦਰ ਇਹ ਪਹਿਚਾਣ ਕਰੀਏ, ਮੇਰੇ ਅੰਦਰ ਕਰਨ ਵਾਲਾ ਕੌਣ ਹੈ ਕੋਈ ਵੀ ਕੰਮ, ਅਤੇ ਮੇਰੇ ਅੰਦਰ ਭੁਗਤਣ ਵਾਲਾ ਵੀ ਕੌਣ ਹੈ, ਦੁੱਖ ਸੁੱਖ ਕੌਣ ਭੁਗਤਣ ਵਾਲਾ ਹੈ। ਬਸ ਇਸ ਤਰ੍ਹਾਂ ਅਸੀਂ ਆਪਣੇ ਅੰਦਰ ਅੰਤਰਮੁਖੀ ਹੋਣਾ ਹੈ ਅਤੇ ਕੀ ਬਖਸ਼ਿਸ਼ ਕਰਨੇ, ਸਭ ਕਰਤਾ ਸਭ ਭੁਗਤਾ, ਭਾਵ ਤੂੰ ਹੀ ਹੈ। ਔਰ ਐਸੇ ਸਿਰਫ ਦੋ ਇੱਕੋ ਹੀ ਪੰਕਤੀ ਨੂੰ ਨਾ ਅੱਗੇ ਗੁਰੂ ਸਾਹਿਬ ਨੇ ਰਹਾਵ ਲਗਾ ਦਿੱਤਾ, ਹੁਣ ਇਸ ਸ਼ਬਦ ਦਾ ਸਿਰਲੇਖ ਰਹਾਵ ਵਿੱਚ ਆ ਗਿਆ, ਸਭ ਕਰਤਾ ਸਭ ਭੁਗਤਾ। ਫਿਰ ਕੀ ਕਰਤਾ ਅਤੇ ਕੀ ਭੁਗਤਾ, ਆਓ ਜਾਨਣਾ ਕਰੀਏ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸੁਨਤੋ ਕਰਤਾ, ਵੇਖਤ ਕਰਤਾ ਸੁਣਨ ਵਾਲਾ ਵੀ ਹੋਈ ਵੇਖਣ ਵਾਲਾ ਵੀ ਹੋਈ, ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਉਪਤ ਕਰਤਾ ਪਰਲੋ ਕਰਤਾ, ਵਿਆਪਤ ਕਰਤਾ ਅਲਿਪਤੋ ਕਰਤਾ, ਭਗਤੋ ਕਰਤਾ ਬੁੱਝਤ ਕਰਤਾ। ਬੋਲਣ ਵਾਲਾ ਵੀ ਹੋਈਏ, ਮੇਰੇ ਅੰਦਰ ਬੁੱਝਣ ਵਾਲਾ ਵੀ ਹੋਈਏ, ਤੁਹਾਡੇ ਅੰਦਰ ਵੀ ਬੁੱਝਣ ਵਾਲਾ ਹੋਈਏ, ਉਸ ਤੋਂ ਇਲਾਵਾ ਕੀ ਹੋਰ ਥੋੜ੍ਹੀ ਹੈ ਕੋਈ। ਇਸ ਤਰ੍ਹਾਂ ਕਰਤੇ ਦੇ ਭਾਵ ਵਜੋਂ ਅਸੀਂ ਮੈਂ ਨੂੰ ਠੱਲ ਪਾਉਣੀ ਹੈ ਅਤੇ ਉਸ ਤੂੰ ਨੂੰ ਪਹਿਚਾਨਣ ਦੇ ਵਾਸਤੇ ਅਰਦਾਸਾਂ ਬੇਨਤੀਆਂ ਅਰਜੋਈਆਂ ਕਰਨੀਆਂ ਨੇ। ਬਖਤੋ ਕਰਤਾ ਬੁੱਝਤ ਕਰਤਾ ਆਵਤ ਕਰਤਾ ਜਾਤ ਵੀ ਕਰਤਾ, ਅਤੇ ਇਸ ਲਈ ਕਹਿ ਰਹੇ ਨਾ ਨਾ ਕੋਈ ਆ ਰਿਹਾ ਨਾ ਕੋਈ ਜਾ ਰਿਹਾ ਜੰਮਣ ਮਰਨਾ, ਕੀ ਇਹ ਬਈ ਉਸੇ ਪ੍ਰਭੂ ਪਿਤਾ ਪਰਮਾਤਮਾ ਦੇ ਹੁਕਮ ਵਿੱਚ ਉਹ ਆਪ ਹੀ ਤਾਂ ਸਾਰਾ ਖੇਲ ਵਰਤਾ ਰਿਹਾ। ਜੀ ਜੰਤ ਸਭ ਤੇਰਾ ਖੇਲ, ਇਉਂ ਕਰਕੇ ਜਾਨਣਾ ਕਰਨਾ ਹੈ। ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ, ਪਰ ਕਿਉਂ ਨਹੀਂ ਸਾਨੂੰ ਸਮਝ ਆ ਰਹੀ? ਗੁਰੂ ਸਾਹਿਬ ਕਹਿੰਦੇ ਨੇ ਜਿਸ ਨੂੰ ਤੂੰ ਜਨਾਈਏ ਸੋਈ ਜਾਣ ਜਾਣਾ। ਇਹ ਗੱਲ ਤਾਂ ਫਿਰ ਕਿਰਪਾ 'ਤੇ ਆ ਗਈ ਨਾ, ਹਰ ਗੁਣ ਸਦ ਹੀ ਆਖ ਵਖਾਣਾ ਹੈ। ਅਸੀਂ ਗੁਣਾਂ ਦਾ ਵਖਾਣ ਉਹ ਹਮੇਸ਼ਾ ਕੌਣ ਕਰਦਾ ਹੈ? ਜਿਸ 'ਤੇ ਤੂੰ ਕਿਰਪਾ ਕਰਦਾ ਹੈ। ਤਾਂ ਹੀ ਆਖਣ ਔਖਾ ਸਾਚਾ ਨਾਉ, ਸਾਡੇ ਸਾਹਮਣੇ ਗੱਲ ਆ ਵਾਪਰਦੀ ਹੈ, ਸਾਡੇ ਸਾਹਮਣੇ ਆਉਂਦੀ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਨੇ ਆਵਤ ਕਰਤਾ ਜਾਤ ਵੀ ਕਰਤਾ, ਨਿਰਗੁਣ ਕਰਤਾ ਸਰਗੁਣ ਕਰਤਾ, ਗੁਰ ਪ੍ਰਸਾਦ ਨਾਨਕ ਸਮਦ੍ਰਿਸ਼ਟਾ। ਗੁਰੂ ਦੀ ਕਿਰਪਾ ਰਾਹੀਂ ਹੀ ਇਸ ਤਰ੍ਹਾਂ ਦੀ ਬਣਤ ਬਣਦੀ ਹੈ। ਜੇ ਅਸੀਂ ਇਵੇਂ ਜਾਨਣਾ ਕਰੀਏ ਨਾ, ਆਪਣੇ ਕਰਮਾਂ ਕਰਕੇ ਕਈ ਵਾਰ ਅਸੀਂ ਗੱਲ ਕਰਨਾ ਕਰਦੇ ਹਾਂ, ਉੱਥੇ ਬਖਸ਼ਿਸ਼ ਕਰਦੇ ਨੇ। ਮੈਂ ਆਪ ਜੀ ਨਾਲ ਸ਼ਬਦ ਦੀ ਸਾਂਝ ਪਾਵਾਂ, ਆਪ ਜੀ ਰੋਜ਼ ਬਾਣੀ ਪੜ੍ਹਨ ਵਾਲਿਓ। ਗੁਰੂ ਸਾਹਿਬ ਕਹਿ ਰਹੇ ਨੇ ਪੂਰੀ ਨਾ ਪੰਕਤੀ ਪੜ੍ਹਦੇ ਆਇਆਂ, ਬਖਸ਼ਿਸ਼ ਕਰ ਰਹੇ ਨੇ, ਜਬ ਕੱਛ ਨਾ ਸੀ ਉਹ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ। ਇਸ ਨੂੰ ਮੂਲ ਰੂਪ ਵਿੱਚ ਅਸੀਂ ਆਪਣੇ ਸਾਹਮਣੇ ਰੱਖਣਾ ਕਰੀਏ, ਤਾਂ ਹੀ ਜਾਨਣਾ ਕਰੀਏ। ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ। ਇਸ ਗੱਲ ਨੂੰ ਮਨ ਕਰਕੇ ਮੰਨ ਲਈਏ, ਮੇਰੇ ਰਾਮ ਰਾਏ ਮੁਝਤੇ ਕਛੂ ਨਾ ਹੋਈ, ਇੱਥੇ ਮਨ ਨੂੰ ਟਿਕਾ ਲਈਏ। ਮਨ ਮਣ ਜਾਵੇ ਮੇਰੇ ਰਾਮ ਰਾਏ ਮੁਝਤੇ ਕਛੂ ਨਾ ਹੋਈ, ਆਪੇ ਕਰਤਾ ਆਪ ਕਰਾਏ ਸਰਵ ਨਿਰੰਤਰ ਸੋਈ। ਆਪੇ ਕਰਤਾ ਆਪ ਕਰਾਏ, ਆਪ ਜੀ ਚੰਗੀ ਪੜ੍ਹਾਈ ਕਰ ਰਹੇ ਹੋ ਅਤੇ ਉਹ ਕਰਾ ਰਿਹਾ, ਆਪ ਜੀ ਚੰਗੇ ਵਪਾਰ ਕਰ ਰਹੇ ਹੋ ਅਤੇ ਉਹ ਹੀ ਹੈ ਜਿਹਨੂੰ ਅਸੀਂ ਰੋਜ਼ ਪੜ੍ਹਨਾ ਕਰਦੇ ਹਾਂ। ਆਪੇ ਸ਼ਾਹ ਆਪੇ ਵਣਜਾਰਾ ਪ੍ਰਭ ਆਪੇ ਵਣਜ ਕਰਾਇਆ, ਉਸ ਤੋਂ ਬਿਨਾਂ ਤਾਂ ਕੁਛ ਹੋਰ ਹੈ ਹੀ ਨਹੀਂ। ਬਸ ਇਸੇ ਲਈ ਗੁਰੂ ਸਾਹਿਬ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਨੇ ਰਾਗ ਗੋੜੀ ਦੇ ਵਿੱਚ ਪੰਚਮ ਪਾਤਸ਼ਾਹ, ਮੌਕੋ ਇਹ ਵਿਦ ਕੋ ਸਮਝਾਵੈ ਕਰਤਾ ਹੋਏ ਜਨਾਵੈ, ਕਰਤਾ ਹੋਏ ਜਨਾਵ ਹੈ। ਮੈਨੂੰ ਕੋਈ ਇਹ ਜਨਾ ਦੇਵੇ, ਪਹਿਚਾਣ ਕਰਾ ਦੇਵੇ, ਬੁਝਣਾ ਕਰਾ ਦੇਵੇ ਕਿ ਮੇਰੇ ਅੰਦਰ ਕਰਤਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਮੈਂ ਨਹੀਂ। ਬੋਲਿਆ ਹੋਮੇ ਸੁਰਤ ਵਿਸਾਰ, ਇਹਨੂੰ ਜਾਨਣਾ ਕਰਨਾ ਹੈ। ਮੋਕੋ ਇਹ ਵਿਦ ਕੋ ਸਮਝਾਵੇ, ਕੌਣ ਸਮਝਾਏਗਾ? ਫਿਰ ਪੂਰੇ ਸਤਿਗੁਰਾਂ ਨੇ ਹੀ ਸਮਝਾਉਣਾ ਕਰਨਾ ਨਾ। ਤਾਂ ਗੁਰੂ ਸਾਹਿਬ ਬਖਸ਼ਿਸ਼ ਕਰਕੇ ਸਾਨੂੰ ਦੱਸਣਾ ਕਰਦੇ ਨੇ, ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਛੂ ਨਾ ਹੋਤਾ, ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕੁਛ ਆਪੇ ਕਰਤਾ। ਸੋ ਜਦੋਂ ਸਾਡੀ ਸਮਝ ਤੋਂ ਕੁਛ ਬਾਹਰ ਜਾਵੇ ਨਾ ਇਹ ਗੱਲ, ਅਤੇ ਉਸਦੇ ਖੇਲ ਨੂੰ ਚੇਤਾ ਕਰਦਿਆਂ ਸਾਨੂੰ ਇੱਥੇ ਧਿਆਨ ਦੇਣਾ ਚਾਹੀਦਾ ਹੈ, ਆਪਣੇ ਕਰਤਵ ਆਪੇ ਜਾਣੈ। ਜਿਹਨੇ ਇਹ ਰਚਨ ਰਚਾਇਆ ਅਸੀਂ ਕੀ ਜਾਨਣਾ ਕਰੀਏ ਭਾਈ? ਕਹੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ। ਜੇ ਗੁਰੂ ਸਾਹਿਬ ਬਖਸ਼ਿਸ਼ ਕਰਕੇ ਸਾਨੂੰ ਦੱਸ ਰਹੇ ਨੇ ਵੀ ਸਤਿਗੁਰ ਭਰਮ ਚੁਕਾਇਆ, ਫਿਰ ਅਸੀਂ ਆਪਣੇ ਇਸ ਭਰਮ ਨੂੰ ਦੂਰ ਕਰ ਲਈਏ ਨਾ ਕਿ ਮੈਂ ਕਿਸੇ ਵੀ ਕੰਮ ਕਰਨ ਵਾਲਾ ਮੈਂ ਖੁਦ ਹਾਂ,
जी बेशक सारे काम जो गुरु की बख्शिश नाल होंदे ने, गुरु की कृपा नाल होंदे ने, इत्थों तक कि गुरु की कृपा नाल ही असी परमात्मा दा नाम लै सकते हैं, भगती कर सकते हैं। पर कई लोकां ते कई लोग यह महसूस करते हैं कि अगर असी नाम नहीं जप रहे हाँ, नहीं गुरुद्वारे जा पा रहे हाँ, नहीं कोई अजिहा धार्मिक काम कर पा रहे हाँ जिस विच सानू खुशी तो मिलती है पर असी चाहते हुए भी नहीं कर पा रहे हाँ, तो उहदे विच लोकां दी इह सोच हो जाती है, तर्क देंदे ने कि परमात्मा की साडे ते कृपा ही नहीं हुई, वो एक बहाना ही हो जाता है। जी बिल्कुल एग्जैक्टली। जो तक कृपा नहीं हुई तो तक ऐसी किवें करेंगे, जब परमात्मा ने कृपा करनी होए तो ऐसे अपने आप नाम जप लवांगे। ये जो तर्क है ना लोकां दे विच, एक है सोच है, ये बदलन दी लोड़ है, इहदे बारे की कहना। जी इहदे च इस तरह जी कि दरअसल नाम दा जपना जड़ा है ना जबान दे राही ओ वाहिगुरु ते स्वतः उचारण हो जाना। जी हुण एक विद्वान ने कहना कीता, कहंदे ने हर दा नाम जड़ा ना हर या हरी करके तकरीबन 9000 तो उपर प्लस आया है। जी ते असी हरी दा जाप क्यों नहीं करते, हर दा नाम क्यों नहीं करते, राम दा नाम 2000 तो उपर वाली है। सवाल ये नहीं है कि पर्टिकुलर नाम दे नाल उन्हों बन्या नहीं जा सकता, तो सर्व नाम करके तो ध्यान ही देना है। जे तुहाडी सुरती च ये आ गल आ गई ना कि जदों जपाएगा तां जप लांगे, कोई हर्ज नहीं, वह तो चेते है ना, बिल्कुल वह तो चेते है ना, बस इन्ना चेते रह जाए कि तुहाडे सारे कम्मां काजां दे विच वह तुहाडा सहायक बनया, वह तुहाडा सहायक बनया, उन्हें तुहानू कम्मां काजां चलाया। बस सुरती दे विच वह होना चाहिए, प्रभु पिता परमात्मा उसनू किस नाम नाल उचारीए ना उचारीए यह मैटर नहीं करता, मैटर यह है कि प्रभु पिता परमात्मा ही सब कुछ है, बस यह सुरती च आना चाहिए। सो इसलिए असी अपनी जिन्या भी विचार करना करिए ना, गुरु साहब ने सानू की हुणे दसना कीता, आपे दुख सुख पाए अंतर, आपे भरम भुलाई। जी हुण जब भरम विच उन्हें आप भुलाया है तो असी एक दूजे नू की सेध दे सकदे हां, कुछ दे सकदे हां कि नहीं जी, आप की करेगा की नहीं करेगा। असी तो गुरु के निमित्त होके गुरु की शरण जाके हर जोड़ के ना ये अरदास करनी है कि वाहिगुरु जा तू दे जपी तेरा नाओ, दरगे बैसन होवे थाओ, जा तुद भावे ਤਾਂ ਦੁਰਮਤ ਜਾਏ। ਮੈਂ ਕਹਿੰਦਾ ਦੁਰਮਤ ਦੂਰ ਕਰਾਂਗਾ ਤੇ ਕੁਛ, ਫਿਰ ਮੈਂ ਦੁਰਮਤ ਦੂਰ ਕਰਾਂਗਾ, ਮੈਂ ਤਾਂ ਫਿਰ ਰਹਿ ਗਈ। ਤੈਨੂੰ ਕਿਰਪਾ ਦੇ ਘਰ 'ਚ ਆ ਕੇ ਤੂੰ ਇਹੋ ਜਿਹੀ ਬਖਸ਼ਿਸ਼ ਕਰੇਗਾ ਨਾ, ਜਾਂ ਤੁਦ ਭਾਵੈ ਤਾਂ ਦੁਰਮਤ ਜਾਏ, ਗਿਆਨ ਰਤਨ ਮਨ ਵਸੈ ਆਏ। ਇਹ ਗੱਲ ਗੁਰੂ ਸਾਹਿਬ ਨੇ ਦੱਸਣਾ ਕੀਤੀ, ਤਾਂ ਹੀ ਅਸੀਂ ਆਪ ਜੀ ਪੜ੍ਹਨਾ ਕਰਦੇ ਹੋ ਨਾ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ। ਅਸੀਂ ਆਪਣੇ ਆਪ ਤੋਂ ਕੋਈ ਵਸ ਕਰ ਸਕਦੇ ਹਾਂ, ਇਹ ਕਾਮ ਕਰੋ ਲੋਮੋ ਅਹੰਕਾਰ ਉਹ ਮਾਲਿਕ ਦੀ ਕਿਰਪਾ ਹੁੰਦੀ ਹੈ, ਬਣਤ ਬਣਾਉਂਦਾ ਹੈ। ਸੋ ਜੇ ਆਪ ਜੀ ਨੂੰ ਉਹਨੇ ਪੂਰੀ ਗੁਰੂ ਦੀ ਚਰਨ ਸ਼ਰਨ ਵਿੱਚ ਲੈ ਆਇਆ ਨਾ, ਸੋ ਅਸੀਂ ਆਪਣੇ ਆਪ ਨੂੰ ਵਡਭਾਗਾ ਸਮਝੀਏ ਔਰ ਉਸਦੀ ਸ਼ਰਨ ਵਿੱਚ ਰਹਿਣਾ ਚੱਲੀਏ ਸਿੱਖੀਏ ਔਰ ਘੱਟੋ ਘੱਟ ਆਪਣੀ ਸੁਰਤ ਨੂੰ ਇੱਥੇ ਟਿਕਾਈਏ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇੱਥੇ ਜੇ ਨਾਮ ਕਰਕੇ ਆਪਦੇ ਮਨ ਅੰਦਰ ਲੋਚਾ ਜਾਗਦੀ ਹੈ ਤਾਂ ਉਹਦੇ ਕਰਕੇ ਆਪਾਂ ਬੇਨਤੀਆਂ ਕਰੀਏ, ਘੱਟੋ ਘੱਟ ਇਹ ਹੀ ਕਹਿ ਦਈਏ ਕਿ ਮਾਲਿਕ ਤੂੰ ਮੇਰੇ ਅੰਦਰੋਂ ਮੇਰੀ ਮੈਂ ਹੋਮੇ ਕੱਢ ਦੇ, ਕਿਉਂਕਿ ਹੋਮੇ ਪਾਉਣ ਵਾਲਾ ਵੀ ਉਹ ਹੈ। ਰੋਜ਼ ਅਸੀਂ ਪੜ੍ਹਨਾ ਕਰਦੇ ਹਾਂ ਆਸਾਂ ਦੀ ਵਾਰ ਵਿੱਚ, ਹੋਮ ਵਿੱਚ ਆਇਆ ਹੋਮ ਵਿੱਚ ਗਿਆ, ਹੋਮ ਵਿੱਚ ਜੰਮਿਆ ਹੋਮ ਵਿੱਚ ਮੂੰ, ਅਸੀਂ ਰੋਜ਼ ਪੜ੍ਹਨਾ ਕਰਦੇ ਹਾਂ, ਪਰ ਹੋਮੇ ਵੀ ਉਸ ਪ੍ਰਭੂ ਪਿਤਾ ਪਰਮਾਤਮਾ ਦੀ ਕਿਰਪਾ ਸਦਕਾ ਹੀ ਜਾਣੀ ਹੈ। ਤਾਂ ਹੀ ਗੁਰੂ ਸਾਹਿਬ ਕਹਿ ਰਹੇ ਨੇ ਮੇਰੇ ਮਨ ਲੈ ਲਾਹਾ ਕਰ ਜਾਹੇ, ਗੁਰਮੁਖ ਨਾਮ ਸਲਾਹੀ ਹੈ ਹੋਮੈ ਨਿਵਰੀ ਪਾਏ। ਸੋ ਸਵਾਲ ਆਉਂਦਾ ਹੋਮੇ ਕਿਵੀ ਜਾ ਕਿਵੇਂ ਜਾਏਗੀ, ਬਸ ਅਸੀਂ ਕੇਵਲ ਅਤੇ ਕੇਵਲ ਉਸ ਪ੍ਰਭੂ ਪਿਤਾ ਪਰਮਾਤਮਾ ਦੀ ਜਿਵੇਂ ਸਾਡਾ ਸਹਾਇਕ ਬਣਿਆ, ਜਿਵੇਂ ਕਰਤਾ ਦੇ ਰੂਪ ਵਿੱਚ ਸਾਡੇ ਜੀਵਨ ਨੂੰ ਅੱਗੇ ਚਲਾ ਰਿਹਾ, ਅਸੀਂ ਉਹਦੀ ਸ਼ਲਾਘਾ ਕਰੀਏ, ਸਰਾਹਨਾ ਕਰੀਏ, ਉਸਦੇ ਗੁਣ ਗਾਈਏ, ਉਹਦੀਆਂ ਵਡਿਆਈਆਂ ਗਾਈਏ, ਉਸਦਾ ਜਸ ਗਾਇਨ ਕਰੀਏ ਅਤੇ ਹੋਮੇ ਨਿਵਰੀ ਪਾਏ, ਇਹ ਹੋਮੇ ਵਾਲੀ ਅੱਗ ਜਿਹੜੀ ਹੈ ਨਾ ਇਹ ਵੀ ਖਤਮ ਹੋ ਜਾਏਗੀ। ਤਾਂ ਹੀ ਅਸੀਂ ਇਹਨੂੰ ਜਾਣਨਾ ਕਰੀਏ, ਇਸ ਤਰ੍ਹਾਂ ਵਾਹਿਗੁਰੂ ਨੂੰ ਕੀ ਕਹਿਣਾ ਕਰੀਏ, ਬੇਨਤੀਆਂ ਕਰੀਏ, ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾ। ਜੀ ਬਿਲਕੁਲ, ਕਾਦਰ ਵੀ ਉਹੀ ਹੈ, ਕੁਦਰਤ ਵੀ ਉਹੀ ਹੈ, ਸ੍ਰਿਸ਼ਟੀ ਵੀ ਉਹੀ ਹੈ ਅਤੇ ਰਚਨਹਾਰ ਵੀ ਉਹੀ ਹੈ। ਬਸ ਸਾਨੂੰ ਇਸ ਗੱਲ ਦਾ ਚੇਤਾ ਰੱਖਣਾ ਕਿ ਹਮੇਸ਼ਾ ਹੀ ਉਸ ਅਕਾਲ ਪੁਰਖ ਦਾ ਨਾਮ ਲੈਂਦੇ ਰਹਿਣਾ ਹੈ। ਜਦੋਂ ਤੱਕ ਅਸੀਂ ਨਾਮ ਲੈਂਦੇ ਰਹਾਂਗੇ ਸਾਡੇ ਅੰਦਰ ਹਉਮੇ ਜੋ ਹੈ ਉਹ ਦੂਰ ਹੁੰਦੀ ਜਾਏਗੀ, ਅਤੇ ਜਿਸ ਮਨੁੱਖ ਦੇ ਅੰਦਰ ਹਉਮੇ ਦੂਰ ਹੋ ਗਈ ਅਤੇ ਉਹ ਮਨੁੱਖ ਸਾਰੇ ਗੁਣਾਂ ਦੀ ਪ੍ਰਾਪਤੀ ਕਰ ਲੈਂਦਾ ਹੈ ਜੋ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਪਰਮਾਤਮਾ ਦੇ ਰੱਬੀ ਗੁਣ ਜੋ ਨੇ, ਅਸੀਂ ਬਾਣੀ ਪੜ੍ਹਦੇ ਹਾਂ, ਰੱਬੀ ਗੁਣ ਜੋ ਕਈ ਹੈਗੇ ਨੇ, ਅਸੀਂ ਉਸਨੂੰ ਧਾਰਨ ਕਰਦੇ ਹਾਂ, ਅਤੇ ਜਦੋਂ ਧਾਰਨ ਸਾਡੇ ਅੰਦਰ ਵਸ ਜਾਂਦੇ ਨੇ, ਸਾਡੇ ਚਿੱਤ ਵਿੱਚ ਵਸ ਜਾਂਦੇ ਨੇ, ਅਤੇ ਯਕੀਨਨ ਜੋ ਹੈ ਉਹ ਅਸੀਂ ਇੱਕ ਸੰਦ੍ਰਿਸ਼ਟੀ ਦੀ ਭਾਵਨਾ ਆ ਜਾਂਦੀ ਹੈ, ਅਤੇ ਜਦ ਸੰਦ੍ਰਿਸ਼ਟੀ ਦੀ ਭਾਵਨਾ ਆ ਗਈ ਇੱਕ ਵਾਰ, ਅਤੇ ਫਿਰ ਸਾਡਾ ਜੋ ਜੀਵਨ ਹੈ ਉਹ ਸਫਲਾ ਹੋ ਜਾਂਦਾ ਹੈ, ਕਿਉਂਕਿ ਸੰਦ੍ਰਿਸ਼ਟੀ ਦੀ ਭਾਵਨਾ ਅਜਿਹੀ ਹੈ ਕਿ ਜਿਸਦੇ ਨਜ਼ਰੀਏ ਉਸ ਨਜ਼ਰੀਏ ਨਾਲ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਦੇਖਦੇ ਹਾਂ, ਨਾ ਕਿਸੇ ਨੂੰ ਅਮੀਰ ਦੇਖਦੇ ਹਾਂ, ਨਾ ਕਿਸੇ ਨੂੰ ਗਰੀਬ ਦੇਖਦੇ ਹਾਂ, ਬਸ ਇੱਕ ਮਨੁੱਖ ਇੱਕ ਇਨਸਾਨ ਦੀ ਤਰ੍ਹਾਂ ਦੇਖਦੇ ਹਾਂ ਜੋ
ਜਿਸ ਵਿੱਚ ਜਿਸ ਹਰ ਇਨਸਾਨ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਬਸ ਇਸੇ ਨੂੰ ਅਸੀਂ ਚੇਤਾ ਰੱਖਣਾ ਹੈ, ਬਾਕੀ ਤੇ ਅਸੀਂ ਆਪਣੇ ਕਰਮ ਜੋ ਹੈ ਉਹ ਸਹੀ ਕਰਨੇ ਜੀ। ਇਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੱਸਣਾ ਕੀਤਾ ਹੈ, ਇਹਦੇ ਵਿੱਚ ਜੇ ਅਸੀਂ ਨਿਚੋੜ ਵਜੋਂ ਪਹੁੰਚੀਏ ਕਿਤੇ ਤੇ ਮਨ ਮੇਰੇ ਗੁਰ ਕੀ ਮੰਨ ਲੈ ਰਜ਼ਾਏ, ਮਨ ਤਨ ਸ਼ੀਤਲ ਸਭ ਥੀਐ ਨਾਮ ਵਸੈ ਮਨ ਆਇ ਜੀ। ਸਤਸੰਗ ਜੀ, ਜੇ ਆਪ ਜੀ ਕੋਲ ਕੋਈ ਪ੍ਰਸ਼ਨ ਹੈ, ਕੋਈ ਵਿਚਾਰ ਹੈ, ਧਰਮ ਵਿਚਾਰ ਨੂੰ ਲੈ ਕੇ ਆਪ ਜ਼ਰੂਰ ਸਾਡੇ ਨਾਲ ਈਮੇਲ ਸਾਂਝੀ ਕਰੋ। ਤੁਹਾਡਾ ਈਮੇਲ ਐਡਰੈਸ ਹੈ ਜੀ editorpunjabi@cmedia.sl2.com। SMS ਭੇਜਣ ਦੇ ਲਈ ਮੋਬਾਈਲ ਦੇ ਮੈਸੇਜ ਬਾਕਸ ਵਿੱਚ ਆਓ, ਇੱਕ ਉਂਗਾ ਟਾਈਪ ਕਰੋ, ਸਪੇਸ ਦਿਓ, ਸਵਾਲ ਸੁਝਾਅ ਫਿਰ ਨਾਂ ਲਿਖਣਾ, ਭੇਜਣਾ 5755 'ਤੇ। ਆਪ ਜੀ ਆਪਣੇ ਵਿਚਾਰ, ਆਪਣੇ ਪ੍ਰਸ਼ਨ ਸਾਨੂੰ ਚਿੱਠੀਆਂ ਦੇ ਜ਼ਰੀਏ ਵੀ ਭੇਜ ਸਕਦੇ ਹੋ। ਚਿੱਠੀਆਂ ਭੇਜਣ ਦੇ ਲਈ ਪਤਾ ਹੈ, ਜ਼ੀ ਪੰਜਾਬ ਹਰਿਆਣਾ ਹਿਮਾਚਲ FC19 Sector 16 ਏ, ਫਿਲਮ ਸਿਟੀ ਨੋਇਡਾ 20301300। ਜਸਵਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਇਸ ਅਕਾਲ ਪੁਰਖ ਦੀ ਫਸਲਾਂ ਵਿੱਚ ਅੱਜ ਦੀ ਹਾਜ਼ਰੀ ਹੁਣ ਜਾ ਸਕਦੇ ਹੋ, ਪੁੱਲਾਂ ਚੁੱਕਣ ਲਿਖੇ ਮਾਂ। ਹੁਣ ਸਰਵਣ ਕਰਦੇ ਹਾਂ ਅੱਜ ਦੀ ਕਥਾ ਤੇ ਫਤਿਹ ਬੁਲਾਉਂਦੇ ਹਾਂ ਜੀ ਪਿਆਰ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।